ਜਿਹੜਾ ਆਈਡੀਆ ਹੈ ਸਿਰਫ ਇਨਫੈਕਟਿਡ ਪਰਸਨ ਨੂੰ ਵੱਖਰੇ ਆਈਸੋਲੇਟ ਕਰਨ ਦਾ ਹੈ ਤਾਂ ਜੋ ਜਿਹੜਾ ਉਸ ਬੰਦੇ ਤੋਂ ਦੂਜੇ ਬੰਦਿਆਂ ਨੂੰ ਇਨਫੈਕਸ਼ਨ ਨਾ ਹੋਵੇ। ਸਾਡਾ ਮਕਸਦ ਇਹ ਨਹੀਂ ਹੈ ਵੀ ਅਸੀਂ ਲੋਕਾਂ ਨੂੰ ਘਰਾਂ ਤੋਂ ਚੱਕਣਾ, ਨੋ, ਇਹ ਗਲਤ ਅਵਾਰਡ ਆਈ ਆ ਰਹੀ ਹੈ, ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ। ਜਿਹੜਾ ਕੋਈ ਬੰਦਾ ਪੋਜ਼ਿਟਿਵ ਆਉਂਦਾ ਅਸੀਂ ਉਹਨੂੰ ਘਰ ਦੇ ਵਿੱਚ ਹੀ ਡੀਲ ਕਰਾਂਗੇ, ਠੀਕ ਹੈ ਨਾ। ਅਸੀਂ ਲੜਨਾ ਨਹੀਂ, ਨਾ ਸਾਨੂੰ ਲੋੜ ਹੈ ਕਿਸੇ ਨਾਲ ਬਹਿਸਬਾਜ਼ੀ ਨਹੀਂ ਕਰਨੀ, ਠੀਕ ਹੈ। ਅਸੀਂ ਲੋਕਾਂ ਦੇ ਫਾਇਦੇ ਲਈ ਕੰਮ ਕਰਨਾ, ਅਸੀਂ ਝੁੱਕ ਕੇ ਕੰਮ ਕਰਨਾ, ਠੀਕ ਹੈ ਜੀ। ਬਹਿਸ ਨਹੀਂ ਕਿਸੇ ਨਾਲ ਕਰਨੀ, ਬਟ ਜਿਹੜਾ ਇਨਫੈਕਸ਼ਨ ਬੰਦਾ ਇਨਫੈਕਟਡ ਪਰਸਨ ਹੈ ਉਹਦੇ ਤੋਂ ਅੱਗੇ ਇਨਫੈਕਸ਼ਨ ਨਾ ਜਾਵੇ। ਇਸ ਲਈ ਅਸੀਂ ਕਹਿ ਰਹੇ ਹਾਂ, ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਟੈਸਟ ਕਰਾਓ, ਕੋਈ ਬੰਦਾ ਰਵੇ ਨਾ ਘਰ ਦੇ ਵਿੱਚੋਂ ਵੀ ਜਿਹੜਾ ਇਨਫੈਕਸ਼ਨ ਹੋਵੇ ਤੇ ਦੂਜਿਆਂ ਨੂੰ ਵੀ ਕਰੇ। ਹੁੰਦਾ ਕੀ ਹੈ, ਜਿਹੜੇ ਸਾਡੀ ਏਜ ਦੇ 40-50 ਸਾਲ ਦੇ ਹੈਗੇ ਆ ਜਾਂ ਥੱਲੇ ਹੈਗੇ ਆ, ਇਹਨਾਂ ਨੂੰ ਜਿਹੜੀ ਇਨਫੈਕਸ਼ਨ ਹੈ ਉਹਦੇ ਵਿੱਚ ਸਿੰਪਟਮ ਨਹੀਂ ਆਉਂਦੇ। ਲੋਕ ਕਹਿੰਦੇ ਮੈਨੂੰ ਕੁਝ ਹੋਇਆ ਨਹੀਂ ਤਾਂ ਮੈਨੂੰ ਸਿੰਪਟਮ ਪੋਜ਼ਿਟਿਵ ਕਿੱਥੋਂ ਆ ਗਿਆ। ਸਿਰਫ ਪ੍ਰੋਬਲਮ ਹੀ ਇੱਥੇ ਹੈ, ਜਿਹੜੇ 40-50 ਸਾਲ ਦੇ ਏਜ ਦੇ ਥੱਲੇ ਹੈਗੇ ਆ ਉਹਨਾਂ ਨੂੰ ਸਿੰਪਟਮ ਕੋਈ ਨਹੀਂ ਆਉਂਦਾ, ਐਕਸੈਪਟ ਫਾਰ ਮਾੜਾ ਮੋਟਾ ਗਲਾ ਦੁਖਿਆ ਹੋਵੇਗਾ ਜਾਂ ਮਾੜਾ ਮੋਟਾ ਬੁਖਾਰ ਹੋਵੇਗਾ, ਗੋਲੀ ਖਾਧੀ ਠੀਕ ਹੋ ਗਿਆ। ਬਟ ਜਦੋਂ ਉਹਨਾਂ ਤੋਂ ਇਨਫੈਕਸ਼ਨ ਉਹਨਾਂ ਦੇ ਪੇਰੈਂਟਸ ਨੂੰ ਜਿਹੜੇ 70-80-90 ਸਾਲ ਦੇ ਹੈਗੇ ਆ ਉਹਨਾਂ ਨੂੰ ਹੋ ਗਈ, ਫਿਰ ਕੀ ਕਰਾਂਗੇ ਅਸੀਂ। ਸਾਡਾ ਮਕਸਦ ਇਹ ਹੈ ਵੀ ਜਿਹੜੇ ਬਜ਼ੁਰਗ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਬਚਾਈਏ, ਸਾਡਾ ਹੋਰ ਕੋਈ ਮਕਸਦ ਨਹੀਂ ਹੈ। ਛੋਟੇ ਬੱਚਿਆਂ ਨੂੰ ਇਨਫੈਕਸ਼ਨ ਜੇ ਹੋਗੀ ਤਾਂ ਉਹਨਾਂ ਨੂੰ ਕੀ ਕਰਾਂਗੇ, ਜੇ ਅਸੀਂ ਉਹਨਾਂ ਨੂੰ ਜਿਨ੍ਹਾਂ ਨੂੰ ਇਨਫੈਕਸ਼ਨ ਹੈਗੀ ਉਹ ਥੋੜ੍ਹਾ ਤੋਂ ਡਿਸਟੈਂਸ ਬਣਾ ਕੇ ਰੱਖਣ, ਵੱਖਰੇ ਕਮਰੇ 'ਚ ਰਹਿਣਗੇ 10-12 ਦਿਨ 14 ਦਿਨ, ਜਿਹੜਾ ਸਰਕਾਰੀ ਗਾਈਡਲਾਈਨਸ ਹੈਗੀਆਂ, ਤਾਂ ਕੀ ਫਰਕ ਪੈਂਦਾ। ਸਾਡਾ ਮਕਸਦ ਸਿਰਫ ਇਹਨਾਂ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਰੇ ਪਰਸਨਸ ਜਿਹੜੇ ਹੈਗੇ ਆ ਟੈਸਟ ਕਰਵਾਉਣ। ਸਾਡਾ ਇਹਦੇ ਨਾਲ ਕੋਈ ਅਸੀਂ ਦੁਸ਼ ਭਾਵਨਾ ਦੇ ਨਾਲ ਨਹੀਂ ਆਏ ਹੈਗੇ ਇਸ ਮੁਹੱਲੇ ਦੇ ਵਿੱਚ, ਕੰਟੇਨਮੈਂਟ ਜੋਨ ਜਿਹੜੀ ਸਰਕਾਰ ਨੇ ਐਲਾਨੀ ਹੈ ਅਸੀਂ ਸਰਕਾਰ ਦੀਆਂ ਹੁਕਮਾਂ ਦੇ ਮੁਤਾਬਕ ਚੱਲ ਰਹੇ ਹਾਂ, ਗਾਈਡਲਾਈਨਸ ਦੇ ਮੁਤਾਬਕ ਚੱਲ ਰਹੇ ਹਾਂ, ਉਹਨਾਂ ਦੀ ਪਾਲਣਾ ਕਰਦੇ ਹੋਏ। ਅਸੀਂ ਕਿਸੇ ਨੂੰ ਚੱਕਣਾ ਨਹੀਂ ਹੈ। ਚਲੋ, ਜੇ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਹੁੰਦਾ ਫਿਰ ਤਾਂ ਉਹਦੀ ਅਲੱਗ ਚੀਜ਼ ਹੈਗਾ ਨਾ, ਉਹ ਤਾਂ ਫਿਰ ਵੀ ਹਸਪੀਟਲ ਜਾਣਾ ਹੀ ਹੈ। ਪਰ ਡਾਕਟਰ ਸਾਹਿਬ ਕੋਈ ਗੱਲ ਨਹੀਂ, ਜੇ ਆਪਾਂ ਚੱਕਣ ਦੀ ਲੋੜ ਪਈ ਆਪਾਂ ਚੱਕਾਂਗੇ ਵੀ, ਗੱਲ ਸੁਣੋ, ਕਿਉਂਕਿ ਜਦੋਂ ਬੰਦਾ ਮਿਸਬਿਹੇਵ ਕਰੂਗਾ ਉਹਨਾਂ ਕੀ ਕਰਾਂਗੇ ਆਪਾਂ, ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕਰਾਂਗੇ। ਕਿਉਂਕਿ ਜਦੋਂ ਇੱਕ ਬੰਦਾ ਮਿਸਬਿਹੇਵ ਕਰਦਾ ਤਾਂ ਸਾਰੇ ਬੰਦੇ ਉਸ ਲਾਈਨ 'ਤੇ ਤੁਰ ਪੈਂਦੇ ਆ ਵੀ ਆਹ ਬੰਦੇ ਨੇ ਕਰਾਇਆ ਨਹੀਂ ਜੀ, ਫਿਰ ਮੇਰਾ ਕਿਉਂ ਕਰਦੇ ਆ। ਇੱਕ ਮਿੰਟ, ਬਿਲਕੁਲ ਠੀਕ ਗੱਲ ਹੈ ਨਾ, ਠੀਕ ਹੈ ਜੀ। ਉਹ ਬੰਦਾ ਕਹਿੰਦਾ ਜੀ ਮੈਂ ਕਰਾਇਆ ਨਹੀਂ, ਫਲਾਣੇ ਨੇ ਕਰਾਇਆ ਨਹੀਂ, ਤੁਸੀਂ ਮੇਰਾ ਕਿਉਂ ਕਰਦੇ ਆ। ਇਸ ਕਰਕੇ 100% ਕਰਨਾ, ਜਿਹੜਾ ਬੰਦਾ ਮਿਸਗਾਈਡ ਕਰਦਾ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਾਓ, ਕਿਉਂਕਿ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਇਹਨਾਂ ਲਈ ਕੰਮ ਕਰ ਲਿਆ, ਆਪਣੇ ਲਈ ਨਹੀਂ ਕਰ ਰਿਹਾ। ਇਸ ਵੇਲੇ ਲੋਕਾਂ ਲਈ 100% ਸਬਮਿਸ਼ਨ ਹੈ ਪ੍ਰਸ਼ਾਸਨ ਦੀ। ਤੁਸੀਂ ਮਿਸਬਿਹੇਵ ਨਹੀਂ ਕਰਨਾ, ਮਾੜਾ ਨਹੀਂ ਬੋਲਣਾ, ਕੁਛ ਨਹੀਂ ਕਰਨਾ, ਉਹਦੇ ਨਾਲ ਫੋਟੋ ਖਿੱਚ ਲਓ। ਜੋ ਮਿਸਬਿਹੇਵ ਕਰਦਾ ਉਹਨੂੰ ਸਮਝਾ ਦਿਓ ਇੱਕ ਦੋ ਵਾਰੀ, ਨਹੀਂ ਕਰਦਾ ਪੁਲਿਸ ਪਾਰਟੀ ਤੁਹਾਡੇ ਨਾਲ ਆ, ਇਹਨਾਂ ਨੂੰ ਬਿਹਤਰ ਪਤਾ ਸਾਡੇ ਨਾਲ ਕੀ ਕਰਨਾ, ਇਹਨਾਂ ਨੂੰ ਜ਼ਿਆਦਾ ਪਤਾ। ਇੱਕ ਆਲਰੇਡੀ ਇਨਫੈਕਟਡ ਆ ਪਰ ਉਹ ਬਹੁਤ ਜ਼ਿਆਦਾ ਘੁੰਮ ਰਿਹਾ, ਮੈਂ ਕੱਲ ਵੀ ਕੰਪਲੇਂਟ ਕੀਤੀ ਸੀ। ਤੁਸੀਂ ਦਿਓ ਜੀ ਉਹਦਾ ਨੰਬਰ ਸਾਨੂੰ ਦੇ ਦਿਓ, ਕੀ ਨਾ ਪਰਲੇ ਸਾਈਡ ਉਹਦਾ ਟੈਸਟ ਪੋਜ਼ਿਟਿਵ ਸੀ ਆਪਾਂ, ਹਾਂਜੀ ਹਾਂਜੀ, ਵੀ ਉਹ ਬੰਦਾ ਮੰਨਦੇ ਨਹੀਂ।